ਤੁਹਾਡੇ ਕੈਬਨਿਟ ਮੰਤਰੀ ਹੈ ਉਹਨਾਂ ਦਾ ਅੱਜ ਰੈਜ਼ਿਗਨੇਸ਼ਨ ਐਕਸੈਪਟ ਕਰ ਲਿਆ ਕਰ ਲਿਆ ਮਨਜ਼ੂਰ ਹੋ ਗਏ ਇਹ ਦੇਖੋ ਸਿੱਧੂ ਸਾਹਿਬ ਨੇ ਰੈਜ਼ਿਗਨੇਸ਼ਨ ਦਿੱਤਾ ਤੇ ਸੀਐਮ ਸਾਹਿਬ ਨੇ ਐਕਸੈਪਟ ਕਰ ਲਿਆ ਸੀਐਮ ਸਾਹਿਬ ਦਾ ਜੋ ਉਹਨਾਂ ਦਾ ਬਣਦਾ ਸੀ ਉਹਨਾਂ ਨੇ ਕੀਤਾ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਦੀ ਲੰਬੀ ਉਡੀਕ ਤੋਂ ਬਾਅਦ ਮੈਂ ਸਮਝਦਾ ਕਿ ਸੀਐਮ ਸਾਹਿਬ ਨੇ ਉਹਨਾਂ ਦੀ ਲੰਬੀ ਉਡੀਕ ਤੋਂ ਬਾਅਦ ਹੋਰ ਕੰਮ ਸੰਭਾਲਣ ਵਾਸਤੇ ਉਹ ਅਸਤੀਫਾ ਮਨਜ਼ੂਰ ਕੀਤਾ ਉਹ ਜ਼ਰੂਰੀ ਸੀ ਸਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਮਤਲਬ ਆਪਣਾ ਚਾਰਜ ਜਿਹੜਾ ਸੰਭਾਲ ਲੈਣਾ ਚਾਹੀਦਾ ਸੀ ਕਿਤੇ ਨਾ ਕਿਤੇ ਗਲਤੀ ਕੀਤੀ ਅਸਤੀਫਾ ਦੇ ਕੇ ਨਹੀਂ ਮੈਂ ਸਮਝਦਾ ਕਿ ਦੇਖੋ ਹਰ ਬੰਦੇ ਦੀ ਆਪਣੀ ਪੋਜੀਸ਼ਨ ਆ ਉਹ ਕਿਸ ਪੋਜੀਸ਼ਨ ਚ ਕਿਉਂ ਅਸਤੀਫਾ ਦਿੱਤਾ ਉਹ ਜਾਣਦੇ ਨੇ ਲੇਕਿਨ ਮੈਂ ਸਮਝਦਾ ਕਿ ਠੀਕ ਆ ਜਿਸ ਬੰਦੇ ਨੇ ਕੰਮ ਨਹੀਂ ਕਰਨਾ ਉਹ ਅਸਤੀਫਾ ਦੇ ਦੇਣਾ ਠੀਕ ਗੱਲ ਆ ਜੇ ਕੰਮ ਕਰਨ ਨੂੰ ਜੀ ਨਾ ਕਰਦਾ ਹੋਵੇ ਧੱਕੇ ਨਾਲ ਬੰਦਾ ਬੈਠਾ ਰਹੇ ਸੀਟ ਤੇ ਉਹਦਾ ਕੋਈ ਫਾਇਦਾ ਨਹੀਂ ਔਰ ਸਿੱਧੂ ਸਾਹਿਬ ਨੇ ਨਹੀਂ ਕੰਮ ਕਰਨਾ ਤਾਂ ਉਹਨਾਂ ਨੇ ਅਸਤੀਫਾ ਦਿੱਤਾ ਔਰ ਪਾਰਟੀ ਨੇ ਉਹਨਾਂ ਦਾ ਸਨਮਾਨ ਚ ਬੜੇ ਦਿਨ ਲਾਏ ਨੇ ਸੀਐਮ ਸਾਹਿਬ ਨੇ ਉਹਨਾਂ ਦਾ ਸਨਮਾਨ ਚ ਸ਼ਾਇਦ ਉਹ ਵਾਪਸ ਲੈ ਲੈਣ ਪਰ ਸਿੱਧੂ ਸਾਹਿਬ ਨੇ ਸੋਚ ਸਮਝ ਕੇ ਫੈਸਲਾ ਲਿਆ ਜਿਹੜਾ ਅਸਤੀਫਾ ਦਿੱਤਾ ਔਰ ਸੀਐਮ ਸਾਹਿਬ ਨੇ ਮਨਜ਼ੂਰ ਕਰ ਲਿਆ ਮੰਤਰੀ ਸਾਹਿਬ ਇੱਕ ਇਸ ਤਰ੍ਹਾਂ ਦੀ ਵੀ ਇੱਕ ਅਫਵਾਹ ਉੱਡ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਇਆ ਜਾ ਰਿਹਾ ਕੁਛ ਅਸਰ ਦੀ ਦੇਖੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਗੱਲ ਤਾਂ ਹਜੇ ਤਾਂ ਇਹ ਤਾਂ ਉੱਪਰ ਹਾਈਕਮਾਂਡ ਦੀ ਗੱਲ ਆ ਪ੍ਰਧਾਨ ਤਾਂ ਕਿਸੇ ਨੂੰ ਵੀ ਲਾਇਆ ਜਾ ਸਕਦਾ ਸਿੱਧੂ ਸਾਹਿਬ ਨੂੰ ਲਾ ਦੇਣ ਕਿਸੇ ਹੋਰ ਨੂੰ ਲਾ ਦੇਣ ਇਹ ਮੇਰੇ ਵਾਸਤੇ ਮੈਂ ਤਾਂ ਇਹ ਆ ਮੈਂ ਕਾਂਗਰਸ ਦਾ ਸਿਪਾਹੀ ਇਹਨੂੰ ਬਣਾ ਲਵਾਂਗੇ ਉਹਨੂੰ ਸਲੂਟ ਕਰ ਦੂੰਗਾ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸਿੱਧੂ ਸਾਹਿਬ ਨੂੰ ਇਹ ਉੱਪਰ ਹਾਈਕਮਾਂਡ ਜਾਣਦੀ ਹੈ ਮੇਰੇ ਤੋਂ ਪੁੱਛ ਲਓ ਮੇਰੇ ਮਹਿਕਮੇ ਨੂੰ ਮੈਂ ਕੀ ਕਰ ਸਕਦਾ ਠੀਕ ਹੈ ਸਰ ਥੈਂਕ ਯੂ